ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਮਾਨਸਾ ਨੇੜੇ ਕਾਰ ਦੀ ਬੱਸ ਨਾਲ ਹੋਈ ਟੱਕਰ, ਦੋ ਬੱਚਿਆਂ ਸਮੇਤ 6 ਮੌਤਾਂ। ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ, ਰੋਸ ਵਿੱਚ ਸੜਕਾਂ ਕੀਤੀਆਂ ਜਾਮ। ਬਜ਼ੁਰਗ ਮਾਤਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਲਿਆ ਵੱਡਾ ਫੈਸਲਾ, ਬਜ਼ੁਰਗ ਦੀ ਜ਼ਮੀਨ ਮਿਲੇਗੀ ਉਸਨੂੰ ਵਾਪਸ। ਉਦਘਾਟਨ ਕਰਨ ਗਏ ਸਾਧੂ ਸਿੰਘ ਧਰਮਸੋਤ ਨੂੰ ਘੇਰਿਆ ਪਿੰਡਾਂ ਵਾਲਿਆਂ ਨੇ। ਤਰਨ ਤਾਰਨ ਦੇ ਇੱਕ ਨੌਜਵਾਨ ਦੀ ਨਾਈਜੀਰੀਆ ਵਿੱਚ ਹੋਈ ਮੌਤ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ। ਅਤੇ ਸੁਖਬੀਰ ਬਾਦਲ ਨੇ ਕੀਤਾ ਅਚਨਚੇਤ ਨਜਾਇਜ਼ ਮਾਈਨਿੰਗ ਦਾ ਦੌਰਾ। ਹੁਣ ਖਬਰਾਂ ਵਿਸਥਾਰ ਨਾਲ। ਅੱਤ ਦੀ ਗਰਮੀ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੋਰਡ ਵੱਲੋਂ ਪੇਂਡੂ ਇਲਾਕੇ ਵਿੱਚ ਲਗਾਏ ਜਾ ਰਹੇ ਬਿਜਲੀ ਕੱਟਾਂ ਤੋਂ ਦੁਖੀ ਹੋਏ ਦਰਸ਼ਨਾ ਪਿੰਡਾਂ ਦੇ ਲੋਕਾਂ ਨੇ ਦੇਰ ਰਾਤ ਰੋਪੜ ਦੇ ਪੁਲਿਸ ਲਾਈਨ ਦੀਆਂ ਲਾਈਟਾਂ ਅਤੇ ਨੈਸ਼ਨਲ ਹਾਈਵੇ 205 'ਤੇ ਜਾਮ ਲਗਾ ਦਿੱਤਾ, ਜਿਸ ਕਾਰਨ ਜਾਮ ਕਈ ਕਿਲੋਮੀਟਰ ਲੰਬਾ ਲੱਗਿਆ ਰਿਹਾ। ਸੜਕ ਦੇ ਵਿਚਕਾਰ ਧਰਨਾ ਲਗਾ ਕੇ ਬੈਠੇ ਲੋਕਾਂ ਨੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਪਣੀ ਸਮੱਸਿਆ ਦੱਸਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੋਰਡ ਦੇ ਵੱਲੋਂ ਲਗਾਤਾਰ 8 ਤੋਂ 10 ਘੰਟੇ ਦੇ ਲੰਬੇ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਖੇਤਾਂ ਦੇ ਵਿੱਚ ਝੋਨੇ ਦੀ ਫਸਲ ਖਰਾਬ ਹੋ ਰਹੀ ਹੈ ਅਤੇ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਤੇ ਮਹਿਲਾਵਾਂ ਵੀ ਪਰੇਸ਼ਾਨ ਹੋ ਰਹੀਆਂ ਹਨ। ਸਾਨੂੰ ਹਰ ਰੋਜ਼ ਅਸੀਂ ਆ ਕੇ ਦਫ਼ਤਰ ਦੇ ਵਿੱਚ ਵੀ, ਇਸ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਵੀ, ਗ੍ਰਿਡ ਵਿੱਚ ਵੀ ਆ ਕੇ ਗੱਲ ਕਰਦੇ ਰਹੇ ਹਾਂ। ਜੇ ਰਾਤ ਨੂੰ ਫਾਲਟ ਦੇ 9 ਤੇ ਹੀ ਲਾਈਟ ਬੰਦ ਕਰ ਰੱਖਦੇ ਹਾਂ ਤੇ ਰਾਤੀ ਅਸੀਂ 3 ਵਜੇ ਆ ਕੇ ਲਾਈਟ ਚਾਲੂ ਕਰਵਾਈ ਹੈ। ਜਿਹੜਾ ਸਾਡਾ ਕੰਢੀ ਖੇਤਰ ਹੈ ਉਹ ਤੇ ਬਰਬਾਦ ਹੋ ਜਾਏਗਾ, ਜੇ 5-7 ਦਿਨ ਬਿਜਲੀ ਹੋਰ ਨਾ ਗਈ ਤਾਂ ਉਹ ਬਰਬਾਦ ਹੈ। ਕੀ ਲੱਗਦਾ ਸਰਕਾਰਾਂ ਕਹਿ ਰਹੀਆਂ ਵੀ ਬਿਜਲੀ ਸਰਪਲਸ ਆ ਪੰਜਾਬ? ਇਹ ਤਾਂ ਇਹਨਾਂ ਦੇ ਸਭ ਕਹਿਣ ਦੀਆਂ ਗੱਲਾਂ। 8 ਘੰਟੇ ਬਿਜਲੀ ਦੀ ਗੱਲ ਕਰਦੇ ਹਾਂ ਕਿ ਲੋਕਾਂ ਨੂੰ ਸਪਲਾਈ ਦੇਣੀ ਹੈ, 5 ਘੰਟੇ ਤੋਂ ਵੱਧ ਤਾਂ ਸਪਲਾਈ ਨਹੀਂ ਦੇ ਰਹੇ। ਅੱਜ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਹਰ ਵਰਗ ਦੁਖੀ ਆ, ਮੁਲਾਜ਼ਮ ਦੁਖੀ ਆ, ਸਫਾਈ ਸੇਵਕ ਦੁਖੀ ਆ, ਆਮ ਲੋਕ ਬਚਦੇ ਸੀ ਉਹ ਵੀ ਧਰਨੇ ਲਾਣ ਬੈਠ ਗਏ, ਕਿਵੇਂ ਦੇਖਦੇ ਹੋ? ਕਿਵੇਂ ਦੇਖਣਾ, ਕਿ ਇਹਨਾਂ ਦਾ ਹਾਲ ਕੀ ਆ? ਇਹਨਾਂ ਦਾ ਤਾਂ ਆਪਣੇ ਸਾਰੇ ਇੱਕੋ ਚੱਕੀ ਦੇ ਚੱਟੇ ਵੱਟੇ ਆ, ਚਾਹੇ ਕੋਈ ਅਕਾਲੀ ਆ, ਚਾਹੇ ਕਾਂਗਰਸੀ ਆ, ਚਾਹੇ ਆਮ ਆਦਮੀ ਪਾਰਟੀ ਹੈ। ਜਿਹੜਾ ਹੁਣ ਧਰਨਾ ਲਗਾਏਗਾ, ਇਹ ਮਸਲਾ ਜੀ ਕਾਰ ਦੇ ਇਲਾਕੇ ਦੀ, ਜਿੱਥੇ 24 ਘੰਟੇ ਸਪਲਾਈ ਆ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ, ਲੇਕਿਨ 4 ਦਿਨ ਹੋ ਗਏ 24 ਘੰਟੇ ਦਾ ਕਿਹਾ, 12 ਘੰਟੇ ਵੀ ਕਿਹਾ, 2 ਘੰਟੇ ਬਿਜਲੀ ਆਉਂਦੀ ਆ, 6 ਘੰਟੇ ਬੰਦ ਰਹਿੰਦੀ ਆ। ਬੁਰਾ ਹਾਲ ਹੈ, ਜੀਰੀਆਂ ਦਾ ਬੁਰਾ ਹਾਲ ਹੈ, ਡੰਗਰਾਂ ਦਾ ਬੁਰਾ ਹਾਲ ਹੈ, ਬੱਚਿਆਂ ਦਾ ਬੁਰਾ ਹਾਲ ਹੈ, ਅਤੇ ਇਨਵਰਟਰ ਤੱਕ ਨਹੀਂ ਚਾਰਜ ਹੁੰਦੇ ਹੈਗੇ। ਲੋਕਾਂ ਦਾ ਜੀਰੀਆਂ ਵਾਹੁਣ ਪਰ ਮਜਬੂਰ ਹੋਏ ਵੇ ਆ, ਲੋਕਾਂ ਦਾ ਬੁਰਾ ਹਾਲ, ਬੱਚਿਆਂ ਦੇ ਮਰਨੇ ਦੀ ਤੱਕ ਦੀ ਨੌਬਤ ਆਈ ਪਈ ਆ ਗਰਮੀ 'ਚ। 4 ਦਿਨ ਹੋ ਗਏ ਰੈਗੂਲਰ ਕੱਟ ਚੱਲ ਰਿਹਾ, ਇਹਨੂੰ ਲਾਈਟ ਨਹੀਂ ਛੱਡ ਰਹੇ, ਦਿਨ ਸਿਰਫ 2 ਘੰਟੇ ਲਾਈਟ ਛੱਡ ਰਹੇ ਹੈ। ਅਸੀਂ ਇਹਨਾਂ ਕੋਲ ਗੱਲ ਕਰਨ ਗਏ, ਉੱਥੇ ਕੋਈ ਦਫ਼ਤਰ 'ਚ ਕੋਈ ਬੰਦਾ ਨਹੀਂ ਮਿਲਿਆ, ਆਪ ਏਸੀ ਲਾ ਕੇ ਸੁੱਤੇ ਪਏ, ਅੰਦਰ ਅਸੀਂ ਵੀਡੀਓ ਬਣਾਈ ਵੀ ਹੈ। ਅਸੀਂ SDM ਨੂੰ ਫੋਨ ਕੀਤਾ, ਉਹ ਬੋਲੇ ਜੋ ਕਰਨਾ ਕਰ ਲਓ, ਜਾਮ ਕਰਨਾ ਜਾਮ ਕਰ ਲਓ ਕਹਿੰਦਾ, ਅਤੇ ਜਿਹੜਾ ਇਹਦਾ ਜਈ ਕੋਈ ਸਾਡੇ ਫੋਨ ਨਹੀਂ ਚੱਕ ਰਹੇ, ਅਸੀਂ ਫੋਨ ਕਰ ਕਰਕੇ ਇਹਨਾਂ ਨੂੰ ਥੱਕ ਚੁੱਕੇ ਹਾਂ, 3 ਦਿਨ ਹੋ ਗਏ ਨਾ ਲਾਈਟ, ਸਾਡੀ ਜੀਰੀਆਂ ਸੁੱਕ ਰਹੀਆਂ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੋਕਾਂ ਨੇ ਬਟਾਲਾ ਜਲੰਧਰ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਅਤੇ ਬਿਜਲੀ ਬੋਰਡ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਹੋਣ ਕਾਰਨ ਜਲੰਧਰ ਰੋਡ 'ਤੇ ਦੂਰ ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਲਗਾਤਾਰ ਹੀ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ, ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਹਨ, ਲੇਕਿਨ ਬਿਜਲੀ ਬੋਰਡ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਧਰਨਾ ਹਾਰ ਕੇ ਅੱਕ ਕੇ ਲਾਇਆ ਗਿਆ ਜੀ, ਰੋਜ਼ ਬੱਤੀ ਕੱਲ੍ਹ ਰਾਤ ਸਾਰੀ ਰਾਤ ਬੱਤੀ ਬੰਦ ਰਹੀ, ਫੋਨ ਕੀਤਾ ਕੋਈ ਫੋਨ ਨਹੀਂ ਚੁੱਕਦਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਨਹੀਂ ਪਤਾ ਕਿਉਂ ਖਰਾਬ ਹੋਈ ਆ, ਕੀ ਹੋਇਆ ਕੀ ਨਹੀਂ ਆ। ਕਹਿ ਰਹੇ ਆ ਕਿ ਮੋਟਰਾਂ ਦੇ ਬੱਤੀ ਦੇ ਰਹੇ ਆ, ਮੋਟਰਾਂ ਦੇ ਬੱਤੀ 4 ਘੰਟੇ ਤੋਂ ਬਾਅਦ ਬੱਤੀ ਨਹੀਂ ਆ ਰਹੀ, ਬੱਤੀ ਜਾ ਕੇ ਰਹੀ ਆ। ਸਭ ਤੋਂ ਮਹਿੰਗੀ ਬੱਤੀ ਸਾਡੇ ਪੰਜਾਬ ਦੀ, ਸਭ ਤੋਂ ਨਿਕੰਮੀ ਬੱਤੀ ਸਾਡੇ ਪੰਜਾਬ ਦੀ। 5 ਵਜੇ ਦੀ ਲਾਈਟ ਬੰਦ ਆ ਜੀ, ਇਹ 3 ਵਜੇ ਦੀ ਬੱਤੀ ਬੰਦ ਆ ਜੀ, ਦੁਪਹਿਰ ਦੀ ਅਜੇ ਤੱਕ ਬੱਤੀ ਨਹੀਂ ਆਈ, ਉੱਤੋਂ 9 ਵਜੇ ਆਊਗੀ, 10 ਵਜੇ ਆਊਗੀ, 11 ਵਜੇ ਆਊਗੀ, 12 ਵਜੇ ਆਊ, ਕੋਈ ਪੱਕਾ ਨਹੀਂ ਪਤਾ ਕੀ ਗੱਲ। ਬਿਜਲੀ ਬੋਰਡ ਮਹਿਕਮਾ ਜਿਹੜਾ ਤਨਖਾਹਾਂ ਐਵੇਂ ਲੈ ਰਿਹਾ, ਇਹ ਸਾਰੀ ਕਲੋਨੀ ਜੀ, ਨਵਰੂਪ ਨਗਰ, ਗੁਰੂ ਨਾਨਕ ਨਗਰ, ਗੌਸਪੁਰਾ, ਸਾਰਾ ਅਮਰਪੁਰਾ ਸਾਰਾ ਇਕੱਠਾ ਹੈ ਜੀ। ਕੀ ਅਸੀਂ ਬਾਹਰਲੇ ਜਿਹੜੇ ਕਿਸਾਨ ਆ ਉਹਨਾਂ ਨੂੰ ਅਸੀਂ ਪਿੰਡਾਂ 'ਚ ਬੱਤੀ ਪ੍ਰੋਵਾਈਡ ਕਰਾਉਣ ਡਏ ਹਾਂ, ਠੀਕ ਹੈ ਜੀ, ਪਿੰਡਾਂ ਵਾਲਿਆਂ ਨੂੰ ਵੀ 4 ਘੰਟੇ ਤੋਂ ਵੱਧ ਬੱਤੀ ਨਹੀਂ ਮਿਲ ਰਹੀ, ਠੀਕ ਹੈ ਜੀ। ਅੱਜ ਅਸੀਂ ਇਹ ਰੋਡ ਬਲੌਕ ਕਰਕੇ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਬੱਤੀ ਪ੍ਰੋਵਾਈਡ ਕਰ ਦਿੱਤੀ ਜਾਵੇ, ਠੀਕ ਹੈ। ਜੇ ਨਹੀਂ ਕਰਦੀ ਕੈਪਟਨ ਸਰਕਾਰ ਤਾਂ ਫਿਰ ਅਸੀਂ ਕੱਲ੍ਹ ਨੂੰ, ਸਾਡੇ ਕੋਲ ਇੱਕ ਹੋਰ ਮੁੱਦਾ ਵਾ, ਅਸੀਂ ਉਹ ਚੁੱਕਣ ਨਹੀਂ ਡਏ ਇਸ ਵੇਲੇ, ਸਾਡੇ ਕੋਲ ਇੱਕ ਮੁੱਦਾ ਬਹੁਤ ਜ਼ਰੂਰੀ ਆ, ਭਾਵੇਂ ਸ਼ਾਹੂਕਾਰ ਹੋਵੇ ਭਾਵੇਂ ਗਰੀਬ ਵਰਗ ਹੋਵੇ, ਸਾਡੇ ਕੋਲ ਇੱਕ ਡੀਜ਼ਲ ਦਾ ਪੈਟਰੋਲ ਦਾ ਬਹੁਤ ਵੱਡਾ ਮੁੱਦਾ ਵਾ, ਠੀਕ ਹੈ ਜੀ। ਜੇ ਅੱਜ ਕੈਪਟਨ ਸਰਕਾਰ ਕੋਈ ਮੁੱਦਾ ਸਾਡਾ ਹੱਲ ਨਹੀਂ ਕਰਦੀ, ਜੇ ਅਸੀਂ ਅੱਜ ਰਾਤ ਅਸੀਂ ਇਹ ਬਲੌਕ ਕਰ ਸਕਦੇ, ਕੱਲ੍ਹ ਅਸੀਂ ਸਾਰੀ ਦਿਹਾੜੀ
अपन गड्डिया सुख के नाल पंजाब एडा गरीब नहीं है, हर एक को गड्डिया ने स्कूटिया ने मोटरसाइकिल ने, जे पंजाबी वीर सारे सुनते ने और नाल तुरन गए असी हाईवे तो लैके हर एक चीज ब्लॉक करा जे। महिला कमिश्नर की चेयरपर्सन मनीषा गुलाटी पहुंची कादियां, जिथे पिछले दिन एक बजुर्ग औरत ने अपनी वीडियो सोशल मीडिया से पाई सी कि उसके पुत्रा ने उसकी जमीन हड़प ली है, तो हूँ उसी देन नू रोटी पानी नहीं दिता जा रहा। उसकी शिकायत है, मनीषा गुलाटी बजुर्ग माता नू मिलन उसके घर पहुंची, जिथे माता के पुत्रां वालों परिवारक मैंबर नाल मिल के मनीषा गुलाटी की गड्डी का घिराओ किया गया। मौके पर पुलिस ने मुशक्कत करके मनीषा गुलाटी नू पिंड विचों बाहर मिलन आए सी डीसी साहब नाल, साडे बड़े सीनियर उमदा ऑफिसर पुलिस ऑफिसर, मेरे नाल भी SSP साहब हैगे ने, मेरे नाल ही आप गुरदासपुर मीटिंग करके आई हैं। तहसीलदार की अज ड्यूटी लगाई गई, फाइनल हो चुका है कि यह वसीयत जी बच्चों के नाम है यह कैंसल होएगी, क्योंकि यह कानून आ चुका है। माता जी ने इस राइट्स पते बारे पता नहीं सी, वसीयत कैंसल होकर माता के नाम जमीन दोबारा चढ़ेगी और सरकारी अफसर द्वारा ही उन्होंने जमीन को ठेके से दिता जाएगा। पूरे एग्जाम्पल है, पूरे पंजाब एक है सीनियर पेरेंट्स वास्ते, सिर्फ ऐसे करके आई हाँ कि एक एग्जाम्पल सैट होए कि माँ प्यो की हरासमेंट इदा कोई नहीं कर सकता। तो उनके लिए मैं मीडिया का भी धन्यवाद कर दी हाँ, तो साढ़े अपने अफसर का। देखो 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 एक कानून है, डेथ हो चुकी है, पर सब तो ज्यादा हस्बैंड की डाइव डेथ तो बाद राइट जड़ा हक बनता है मां का बनता है। लेकिन वो जिंदे वो तो जिंदे जी नहीं नहीं जी, वो कहंदे जबरदस्ती तुसी माता जी का एक बयान, माता जी दे बयान दे आधार पे ही कैंसिल बंदी कार्रवाई हरासमेंट पे जाएगी, वो भी पक्का होके रहेगी। वो कह रहे धमकियां दित्तियां जा रही है उन्होंने वालों। हां, वो माता जी ने कहा कि मेरे पुत्रा ने कहा टंगा वड़ दांगे, तो आप उन्हें दसांगे कि किस तरह पेरेंट्स नु हरासमेंट। SSP साहब दी मौजूदगी च माता जी ने बयान दित्ते ने, इस बयान ते साडा पक्ष सुनया नहीं गया। मनीषा गुलाटी जी आए, वह मैडम माता को गए, माता दी गल्लां बातां सुन के चल गए, साडी नहीं कोई भी उन्होंने गलबात सुनी ना, सानू बुलाया गया, असीं जांदे वेख के आए हैं अंदर आए हैं सामने आए गए, साडा पक्ष सुनो। सानू मैडम ने बोलिया भी ताडा कोई पक्ष नहीं सुनना, ना ताडी सानू लोड़ आ, असीं मैडम का पक्ष सुन लिया। साडा चंडीगढ़ भी पक्ष नहीं सुनया गया, असीं भी उत्थे भी गए, उत्थे भी सानू दबके मारे गए, ताडियां पेंशनां बंद कर देंगे, ताडी पैली तोड़ा देंगे, साडा कोई पक्ष नहीं सुनया गया। जदों असीं उत्थों वापस आ गए हाँ, साडे तों बाद च अपनी मर्जी कल्यां ने अपनी वीडियो बना के तो उन्होंने वायरल की आ, जे साडे नाल तुसीं मीडिया जो इतने सूल जवान ही हो, तुसीं देखो जो गलबात हुंदी आ दोवां बंदियां नूं दोवां तरहां दी सामने फोटो आउंदी आ, जे साडे नाल साडा पक्ष सुणिया गया तां साडी उस वीडियो च फोटो क्यों नहीं आई। रूपनगर नगर कौंसल दे वाटर वर्कर्स विखे उस समय हंगामा खड़ा हो गया जदों कांग्रेसी कौंसलर पोमी सोनी अते आजाद कौंसलर राजू सत्याल दे वल्लों वाटर वर्कर्स दी जमीन दे विच कमेटी मुलाजमां वल्लों दब्बी गई गां नूं द्वारा JCB मशीन दे नाल कढ़वा के कमेटी मुलाजमां अते कमेटी दे प्रधान ते कई गंभीर दोष लगाए। उन्हां कहा कि गां दब के कमेटी मुलाजमां ते संबंधित अधिकारियों ने उन्हां दीआं भावनावां नूं ठेस पहुँचाई है, जिस दे लई संबंधित अधिकारियों ते मुलाजमां दे खिलाफ मामला दर्ज होना चाहीदा है। मैनूं पता लग्गिया जिवें गां दा वी इक पासे देखो जे जिवें तां इह सारी जिहड़ी जिम्मेदारी है सारी नगर कौंसल दे प्रधान दी है, क्योंकि जिन्नी भी पब्लिक है सब टैक्स दे रही है गो टैक्स। जे मतलब हुण इह जिवें कह रहे वी जिवें मैनूं दस्सिया किसे ने कहिंदे वी टैंपो दी स्ट्राइक सीगी तां नहीं आए, जे उहनां दी साडी माँ बाप दी डैथ होंदी जे स्ट्राइक होवे तां इदां ही दफना दूंगे। मेन तो देखो जी मैं गां का हाल है, देखो जी गां का सिर किदा मुड़िया वा, जे दफना दे कोई रीति रिवाज होंगे तो नहीं भी जिम्मे आप बंदा मरिया इवें दफना दो, तो इस चीज़ साड़ी धार्मिक भावना ठेस पहुंची है, तो असं मांग करा प्रशासन तो भी संजय वर्मा बेलिया जो प्रधान है उसकी जिम्मेदारी है, तो वे खिलाफ बनती कार्रवाई की है। मसला यह है मैं लंघिया जा रहा है, राजू सत्याल मेरे नाल MC है भरा छोटा, यह कहता यार सुनी उरे ना गऊ दबती मरी भी, जब असी जाके देखिया नाले मंदिर है नाले पानी की टैंकी है जितों मेन पानी सारे शहर से जाता उत्थे गऊ दबती नाले जैल सिंह कलोनी के निवासी रहिंदे ने। साडी मंग यह है भी जिन्हें गलत काम करे उहदे खिलाफ़ कानूनी कार्रवाई की जाए, साडियां भावना नूं ठेस पहुंची है, असी कहिंदे भी जे ना कोई कार्रवाई होई असी संघर्ष करन ते मजबूर होवांगे। बीते दिन आम आदमी पार्टी के सुप्रीमो केजरीवाल वालों पंजाबियों मुफ्त बिजली समेत बिल माफ़ी और सस्तियां यूनिटा देने दे किए गए ऐलान तो बाद पंजाब की सियासत काफ़ी गर्मा गई है, जिसनों लैके अकाली दल और कांग्रेस लगातार आम आदमी पार्टी को घेरती हुई नज़र आई और अकाली कांग्रेस लीडर केजरीवाल को झूठा साबित करने में लगे हुए हैं। इसी तरह कांग्रेस के स्पोक्समैन सुखदेव सिंह ने केजरीवाल से शब्दी हमला करते हुए कहा कि
केजरीवाल पंजाब के लोगों को गुमराह कर रहा है ते बिजली के बिल ना भरन लिए उकसा भी रहा है। वाधू बिल आए हुए लोगों के नजायज बिल है सारे माफ करांगे। सर 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 मैं उही गल कहना बचो 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 अनारकी फैलाउन जा रहे ने हो एक मिनट उन्हां तो बचो ओ पता की कहन जा रहे हैं भी बिजली के बिल ना भरो ओ कोई कनैक्शन कट्टन आऊगा फिर उहदे लत्तों लत्ती होवो डांगो एक मिनट मेरी गल सुनो बचो इन्हां लोगों तो ये इत्थे जहर फैला के इत्थे अनारकी फैलाउनी चाहुंदे ने ये सूबा साडा बड़ा शांत है इतने अनारकी नहीं चलन देनी असि कोई गरीब का जमन होंगे नहीं मैं कहना कितने को आ गया होगा किसी की गलती ना माफ खत्म हो जाता होंगे इनू नहीं बेस है मैं कहना नहीं है सैनी साहब मैं इस गल का जिम्मेवार नहीं है मैं कहना मेरे को लिया मैं माफ करा के दूंगा होर कि गल आ लो जी बेवा जी हूँ करो मूल तो ऑलरेडी पंजाब से लागू है देखो मैं तुहानू गल दसदा साडी जिहड़ी ओह गल कर रहे ने ना केजरीवाल जी भी असी 400 यूनिट फ्री देवांगे 300 यूनिट फ्री देवांगे और अगले नाल दी नाल ओह कह भी गए भी जे 301 यूनिट हो जूगा तो सारे दे पैसे लवांगे और उहदे नाल साडे नुकसान सूबे नूं होण जा रहा और इह साडा ओह सूबा है जिहड़ा 11,000 करोड़ रुपए की सबसिडी दिंदा है बिजली च और ਉਹ ਜਿਹੜਾ ਦਿੱਲੀ ਸਟੇਟ ਹੈ ਉਹ 1200 ਕਰੋੜ ਦੀ ਕ੍ਰੌਸ ਸਬਸਿਡੀ ਦਿੰਦਾ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਉਹ ਸਬਸਿਡੀ ਨਹੀਂ ਦਿੰਦੇ ਉਹ ਕ੍ਰੌਪ ਸਬਸਿਡੀ ਪਾਉਂਦੇ ਨੇ ਕ੍ਰੌਪ ਸਬਸਿਡੀ ਉਹਨੂੰ ਕਹਿੰਦੇ ਨੇ ਵੀ ਥੱਲੇ ਵਾਲੇ ਨੂੰ ਤੁਸੀਂ 200 ਯੂਨਿਟ ਮਾਫ ਕਰਤਾ ਉੱਪਰਲੇ ਦੇ ਉੱਤੇ ਬੋਝ ਪਾਤਾ ਅਸੀਂ ਕਿਸੇ ਦੇ ਬੋਝ ਨਹੀਂ ਪਾਉਂਦੇ ਦੂਜੀ ਗੱਲ ਜਿਹੜੀ ਸਾਡੇ SC ਤੇ BC ਭਰਾਵਾਂ ਨੂੰ ਬਿਜਲੀ ਮਾਫ ਹੈ ਕੀ ਫਿਰ ਉਹਦਾ ਉਹਨਾਂ ਦਾ 200 ਯੂਨਿਟ ਤੋਂ ਬਾਅਦ ਬਿੱਲ ਲੱਗਿਆ ਕਰੂਗਾ ਜਦਕਿ ਹੁਣ ਕੀ ਹੈ ਵੀ ਉਹਨਾਂ ਨੂੰ ਪਹਿਲੇ 200 ਯੂਨਿਟ ਮਾਫ ਹੈ ਉਸ ਤੋਂ ਬਾਅਦ ਜਿੰਨੇ ਯੂਨਿਟ ਆਉਂਦੇ ਉਹਨਾਂ ਦੇ ਉਹਨਾਂ ਤੋਂ ਪੈਸੇ ਲਿੱਤੇ ਜਾਂਦੇ ਨੇ ਇਸ ਕਰਕੇ ਉਹਦਾ ਬਿਲਕੁਲ ਡਿਫੈਕਟਿਵ ਫਾਰਮੂਲਾ ਹੋ ਔਰ ਉਹਦੇ ਨਾਲ 1% ਪੰਜਾਬ ਦੇ ਲੋਕਾਂ ਨੂੰ ਫਾਇਦਾ ਨਹੀਂ ਹੋਣ ਵਾਲਾ ਕਿਉਂਕਿ 300 ਤੋਂ ਵੱਧ ਕੰਜਮਪਸ਼ਨ ਹਰ ਇੱਕ ਕਰਦੀ ਹੈ ਔਰ ਹਰ ਇੱਕ ਜਦ 300 ਕੰਜਮਪਸ਼ਨ ਜ਼ਿਆਦਾ ਹੈ ਤਾਂ ਉਹਨੂੰ ਜਿਹੜਾ ਬਿੱਲ ਜਿਹੜਾ ਲੱਗਣਾ ਹੀ ਲੱਗਣਾ ਇਸ ਕਰਕੇ ਉਹ ਲੋਕ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਤਲਵੰਡੀ ਸੋਭਾ ਸਿੰਘ ਦੇ 21 ਸਾਲਾਂ ਨੌਜਵਾਨ ਹਰਮਨ ਸਿੰਘ ਜੋ ਕਿ 1 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਨਾਈਜੀਰੀਆ ਦੇਸ਼ ਵਿੱਚ ਗਿਆ ਹੋਇਆ ਸੀ ਤਾਂ ਉੱਥੇ ਉਸਦੀ ਹਾਲਤ ਖਰਾਬ ਹੋਣ ਕਾਰਨ ਬੀਤੀ ਰਾਤ ਮੌਤ ਹੋ ਗਈ। ਮੌਤ ਦੀ ਖਬਰ ਸੁਣਦੇ ਉਸਦੇ ਪਰਿਵਾਰ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਜਿਵੇਂ ਕਿ ਉਹਨਾਂ ਦਾ ਸਭ ਕੁਝ ਖਤਮ ਹੋ ਗਿਆ ਹੋਵੇ। ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਬੇਟੇ ਦਾ ਮ੍ਰਿਤਕ ਸਰੀਰ ਭਾਰਤ ਲਿਆਂਦਾ ਜਾਵੇ। ਕੀ ਗੱਲ ਹੋਈ ਮੁੰਡੇ ਨੂੰ ਘਰੇ ਲਿਆ ਦੋ ਮੁੰਡੇ ਨੂੰ ਕੀ ਗੱਲ ਹੋਈ ਜੀ ਬਾਹਰ ਮਾਰ ਹੋ ਗਿਆ ਸੀ ਮਾਰ ਹੋ ਗਿਆ ਮੇਰਾ ਪੁੱਤ ਕਿੱਦਣ ਦੀ ਹੋਈ ਡੈਥ ਹੋਈ ਆਏ ਆਏ ਗੱਲ ਮੇਰੀ ਕਬਰ ਸਰਾਰ ਦੀ ਹੋਈ ਇਹਦੇ ਨਾਲ ਗੱਲ ਹੋਈ ਕੀ ਮੰਗ ਕਰਦੇ ਤੁਸੀਂ ਸਮਾਜ ਗੱਲ ਹੋਈ ਮੇਰੇ ਨਾਲ ਨਾ ਆਂਦਾ ਮੰਮੀ ਮੈਂ ਠੀਕ ਆਵੇ ਆਏ ਕੀ ਮੰਗ ਕਰਦੇ ਜੇ ਸਮਾਜ ਸੇਵੀ ਸੰਸਥਾ ਤੋਂ ਆਏ 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 ਮੇਰੇ ਵੀਰ ਨੂੰ ਵਾਪਸ ਲੈ ਕੇ ਆਓ। ਦਿੱਲੀ ਹਿੰਸਾ ਮਾਮਲੇ ਵਿੱਚ ਲੋੜੀਂਦੇ ਨੌਜਵਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਲਗਾਤਾਰ ਗ੍ਰਿਫਤਾਰ ਕਰਨ ਦਾ ਸਿਲਸਿਲਾ ਜਾਰੀ ਹੈ ਜਿਸ ਤਹਿਤ ਅੱਜ ਦਿੱਲੀ ਪੁਲਿਸ ਵੱਲੋਂ ਪਿੰਡ ਤਲਵੰਡੀ ਸੋਭਾ ਸਿੰਘ ਦੇ ਇੱਕ ਹੋਰ ਨੌਜਵਾਨ ਨੂੰ ਉਸੇ ਦੇ ਪਿੰਡ ਘਰ ਵਿੱਚੋਂ ਹੀ ਗ੍ਰਿਫਤਾਰ ਕੀਤਾ ਗਿਆ। ਦੱਸ ਦੇਈਏ ਕਿ ਉਕਤ ਨੌਜਵਾਨ ਬੂਟਾ ਸਿੰਘ ਪੁੱਤਰ ਸੁਖਵਿੰਦਰ ਸਿੰਘ ਤੇ ਦਿੱਲੀ ਪੁਲਿਸ ਵੱਲੋਂ 50,000 ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ ਕਿਉਂਕਿ ਬੂਟਾ ਸਿੰਘ 26 ਜਨਵਰੀ ਦੀ ਹੋਈ ਹਿੰਸਾ ਵਿੱਚ ਲਾਲ ਕਿਲ੍ਹੇ ਦੇ ਨਜ਼ਦੀਕ ਮੌਜੂਦ ਸੀ ਜਿਸ ਤੋਂ ਬਾਅਦ ਉਕਤ ਨੌਜਵਾਨ ਬੂਟਾ ਸਿੰਘ ਦੀ TV ਤੇ ਫੋਟੋ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਪਿੰਡ ਤਲਵੰਡੀ ਸੋਭਾ ਸਿੰਘ ਦੇ 4 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਸੀ ਅਤੇ ਉਦੋਂ ਤੋਂ ਇਹ ਨੌਜਵਾਨ ਦਿੱਲੀ ਪੁਲਿਸ ਦੇ ਸ਼ਿਕੰਜੇ ਤੋਂ ਬਾਹਰ ਚੱਲਦੇ ਆ ਰਹੇ ਹਨ ਤੇ ਹੁਣ ਦਿੱਲੀ ਪੁਲਿਸ ਵੱਲੋਂ ਸ਼ਿਕੰਜਾ ਕੱਸਦੇ ਹੋਏ ਬੀਤੇ ਕੁਝ ਦਿਨ ਪਹਿਲਾਂ ਤਲਵੰਡੀ ਸੋਭਾ ਸਿੰਘ ਦੇ ਗੁਰਜੋਤ ਸਿੰਘ ਜਿਸ ਤੇ 1,00,000 ਰੁਪਏ ਦਾ ਇਨਾਮ ਸੀ ਨੂੰ ਵੀ ਗ੍ਰਿਫਤਾਰ ਕੀਤਾ ਸੀ ਤੇ ਹੁਣ ਬੀਤੀ ਰਾਤ ਦਿੱਲੀ ਪੁਲਿਸ ਵੱਲੋਂ ਬੂਟਾ ਸਿੰਘ ਨੂੰ ਉਸਦੇ ਘਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੂੰ ਕੱਲ 4 ਵਜੇ ਘਰੋਂ ਹੀ ਲੈ ਕੇ ਗਏ ਤੇ ਜਦੋਂ 26 ਜਨਵਰੀ ਦੀ ਘਟਨਾ ਵਾਪਰੀ ਉਸ ਪਤਾ ਲੱਗ ਗਿਆ ਸੀ ਤੁਹਾਡੇ ਹਸਬੰਡ ਦਾ ਨਾਂ ਆ ਗਿਆ ਵਿੱਚ। ਹਾਂਜੀ TV ਤੇ ਚੈਨਲਾਂ ਤੇ ਨਿਊਜ਼ ਆ ਗਈ। ਕਿੱਥੋਂ ਗ੍ਰਿਫਤਾਰ ਕੀਤਾ ਕੱਲ ਉਹਨਾਂ ਨੂੰ? ਉਹਨਾਂ ਨੂੰ ਘਰੋਂ ਲੈ ਕੇ ਗਏ। ਜਿਸ ਜਥੇਬੰਦੀ ਨਾਲ ਲੈ ਕੇ ਗਈ, ਜਿਹੜੀ ਜਥੇਬੰਦੀ ਨੂੰ ਲੈ ਕੇ ਗਈ, ਉਹਨਾਂ ਦੇ ਕਿਸੇ ਵੀ ਮੈਂਬਰ ਨੇ, ਪ੍ਰਧਾਨ ਨੇ ਤੁਹਾਡੇ ਨਾਲ ਕਦੀ ਕੰਟੈਕਟ ਕੀਤਾ ਹੋਵੇ ਵੀ ਅਸੀਂ ਨਾਲ ਆ? ਨਾ, ਕਿਸੇ ਦਾ ਕੋਈ ਕੰਟੈਕਟ ਨਹੀਂ ਆ। ਕੀ ਮੰਗ ਕਰਦੇ? ਅਸੀਂ ਤਾਂ ਇਹੋ ਮੰਗ ਕਰਦੇ ਵੀ ਸਾਨੂੰ ਹੈਲਪ ਕੀਤੀ ਜਾਵੇ, ਸਾਨੂੰ ਇਨਸਾਫ ਦਵਾਇਆ ਜਾਵੇ। ਜਿਹੜੀ ਜਥੇਬੰਦੀ ਲੈ ਕੇ ਗਈ, ਕੀ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਵੀ ਨੌਜਵਾਨਾਂ ਦੀ ਸਾਰ ਲਵੇ? ਹਾਂਜੀ, ਉਹਨਾਂ ਦਾ ਫਰਜ਼ ਬਣਦਾ ਸੀ, ਪਰ ਹੁਣ ਕੋਈ ਸਾਡੇ ਨਾਲ ਆਇਆ ਨਹੀਂ ਸਾਡੀ ਹੈਲਪ ਕਰਨ ਵਾਸਤੇ। ਉਹਦੇ ਪਿੰਡ ਦੇ ਵਿੱਚ ਪਿਛਲੇ 2 ਦਿਨ ਤੋਂ ਲਗਾਤਾਰ ਦਿੱਲੀ ਪੁਲਿਸ ਵੱਲੋਂ ਰੇਡ ਕੀਤੀ ਜਾ ਰਹੀ ਹੈ, ਨੌਜਵਾਨਾਂ ਨੂੰ ਕਾਬੂ ਕੀਤਾ ਜਾ ਰਿਹਾ। ਅੱਜ ਦੂਸਰਾ ਨੌਜਵਾਨ ਬੂਟਾ ਸਿੰਘ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਇਹੋ ਕਹਿਣਾ ਚਾਹਾਂਗੇ ਜੀ, ਬਹੁਤ ਜ਼ਿਆਦਾ ਸਰਕਾਰ ਧੱਕਾ ਕਰ ਰਹੀ ਹੈ ਬੇਵਜ੍ਹਾ ਲੋਕਾਂ ਨੂੰ। ਇੱਕ ਸਿਰਫ ਫੋਟੋ ਦੇ ਆਧਾਰ 'ਤੇ
मतलब गिरफ्तार किया जा रहा वा, उन्होंने परचे पाए जा रहे, उन्होंने डराया जा रहा वा, ये बिल्कुल गलत है। की मांग कर दे? मैं तो यो कम मांग करदा जी, मतलब जो भी उन्होंने नजायज लोगों के परचे पाए, जो होर भी नौजवान बेवजह जेलों छुटे आ, जिन्होंने परचे के मतलब कस्टडी लिया, तो उन्होंने जल्दी जल्दी रिहा किया जाना चाहिए, बेवजह उन्होंने करियर खराब नहीं किए जाने चाहिए। कोरोना महामारी दौरान लगातार वधे मामलों दौरान जो सरकारी सहूलत घट पै गई सन, तो उस समय श्रोमणी गुरुद्वारा प्रबंधक कमेटी वालों पंजाब भर के गुरु घर कोविड केयर सेंटर चलाते हुए कोरोना मरीजों को वड्डी राहत दी है। इन्हां कोविड केयर सेंटरां दे विच मरीजों की देखभाल, दवाइयां ते खाण पीण का सारा प्रबंध श्रोमणी गुरुद्वारा प्रबंधक कमेटी वालों किया गया। यूनिट बिजली मुफ्त देने का ऐलान करते हैं, उस तो बाद यूनिटा नूं लैके विवाद खड़ा हुंदा भी यूनिट जेकर दो वधे जे एक वधदा तो पैसे जिहड़े सारे चार्ज किए जाणगे। की कहना थोड़ा इस पंबल गुस्से बारे? देखो मैं पंजाब की जनता नूं अपील करदा कि पहला जिहड़ी है वह पोलीटिकल पार्टियां जिहड़ी राजभाग दे विच आ और जिहड़ी अपोजिशन दे विच आ, पहलां इन्हां नूं इह चाहीदा कि लोकां दी कचहरी दे विच इह दसन कि साडी कारगुजारी साढ़े चार सालां दे विच की रही है। इह गलत ट्रेंड बन गया कि पिछे जो कुछ कीता उह भुल जाओ ते आउण वाली जिहड़ी हैगी आ तुहानूं सबज बाग उह साडे कोल सौंदी। कल नूं की होणा ये पहले ये डिपेंड करता कि हुण की होया। पिछली बारी कैप्टन अमरिंदर सिंह होरां ने गुटका साहब हत्थां च फड़ के ते सहुं खा के दमदमा साहब वाले पासे किड्डे वड्डे वादे कीते सी। हुण उन्हां दी कांग्रेस पार्टी, मैं नहीं कहिंदा उन्हां दी कांग्रेस दी अपनी लीडरशिप संतुष्ट नहीं हुई, उन्हां ने 18 पॉइंट लिख के ते वापस उन्हां नूं भेज दिता कि सारे MLA कह रहे आ तुहाडी कारगुजारी जीरो है ते ये काम जिहड़े आ इमीजिएटली 18 करो। हुण की वैल्यू रह गई जी अनाउंसमेंट दी? केजरीवाल ने पिछली बारी इलैक्शन दे विच नशियां दा बहुत वड्डा मुद्दा बनाया सी, उस तो बाद जदों इलैक्शन निकल गई सरदार बिक्रम सिंह मजीठिया ने केजरीवाल साहब के खिलाफ केस दर्ज किया, लिखती माफ़ीनामा जिहड़ा लिखती माफ़ीनामा केजरीवाल साहब का, तुहानूं मैं हुण कापी दे दिंदा, वह लिखती माफ़ीनामा जिहड़ा हैगा अदालत दे विच जिहदे ते मजिस्ट्रेट साहब दे दस्तखत भी है, वह केजरीवाल साहब ने लिख के देता कि मैं माफ़ी मंगदा मेरे को जिहड़ी गलत एलीगेशन लाई गई तो इस करके मेरे को कोई सबूत नहीं है, मैं तुहाडे कोलों तुहाडे परिवार कोलों तुहाडे साथियों कोलों सारे कोलों माफ़ी मंगदा। जिवें जिवें पंजाब विधानसभा दीआं चोणां नेड़े आ रही हैं, राजनीतिक लोकां खिलाफ किसानां दा गुस्सा वधदा जा रहा है। भाजपा के आगुआं का विरोध किया जाता है तो हुण किसानां वल्लों कांग्रेसी मंत्रियों का भी विरोध करना शुरू कर दिता गया। गल विधानसभा हलका नाभा तो कैबिनेट मंत्री साधु सिंह धर्मसोत की करते हैं। किसानों वालों कैबिनेट मंत्री साधु सिंह धर्मसोत का विरोध करने का मामला सामने आया है। जिक्रयोग है कि कैबिनेट मंत्री साधु सिंह धर्मसोत नाभा हल्के के पिंड चाहल विखे सड़क का उद्घाटन करने लिए पहुंचे हुए सन। 30 साल की सड़क लोग तरस रहे इलाके हल्ला मंडी पैंती है, 40 पिंड की सड़क है, 9 करोड़ रुपया ला के कैप्टन अमरिंदर सिंह ने स्पैशल सड़क पवाई है, ये काम चालू हो गया। काम चालू होने तो बाद अज असी इनैगोरेशन की है, उद्घाटन किया, और आम पार्टी के बंदे कुछ शरारती बंदे किसान यूनियन के जिन्हों डिवेलपमेंट चंकी नहीं लगती, जिन्हों काम हों चंगा नहीं लगता, अज मैं इन्हों पुछना चाहना 40 पिंड 30 साल तो तरसते थी सड़क न, अज 9 करोड़ रुपया ला के काम चालू होया, अज इन्हां लोकां नूं इह चंगा नहीं लगता, भाई इन्हां ने रौला पाउणा, असीं कम करना बस। बिजली की जिहड़ी गल आ मैं इन्हां नूं आ के दसता, मेरे इलाके के पिंड दी मैं इन्हां नूं आ के सीधा मिलिया, आ के मेरी चेयरमैन नाल गल हुई आ, भाखड़ा डैम के दो जिहड़े सीगे यूनिट खराब होए ने, अज शाम तक ठीक हो जाने ने, कल तो रेगुलर बिजली हो जाएगी दे बस। अज का एक तो जेडे गुटका साहब हाथ च फड़ के पावन बाणी नू जेडे उन्होंने वादे किए थे, एक तो पुछने ने भी कला कला वादा जोड़ा पूरा हो गया, एक बड़ी गल जी किसान हतैसी होने की गल करती है कांग्रेस सरकार। असी साधु सिंह धर्मसोत नू जदों ये संघर्ष चालू होया, जदों संघर्ष बिढ़िया गया, इस संघर्ष तो पहला मैमोरेंडम दिते सीगे जिन्हें भी साडे विधायक से भी साडी गल तुसीं दिल्ली जाके करो, तो असी उन्होंने मैमोरेंडम देन गए सी।
इस साधु सिंह धर्मसोत ने सानू पहला तो 200 मीटर अपनी कोठी तो पिछे रोकया, ना कोई चाह ना कोई पानी, असी भुखे उत्थे 2 घंटे गर्मी दे विच बह के उतों मुड़ के आया। सो साडा मेन मोटिव यह है भी जिथे भी यह जाऊगा इनू यह चीज़ याद करा दी जाऊगी भी तू साडे कोल वोटां लैण घर च आउणा, इनू काजूआं दी प्लेट दिंदे ने साडे लोग जिहड़े नाल ही साडे पिंडां वाले दी गल करदा मैं विच, ਉਹ ਇਹਨਾਂ ਨੂੰ ਕਾਜੂਆਂ ਦੀ ਪਲੇਟ ਪਰੋਸਦੇ ਨੇ ਜਦੋਂ ਅਸੀਂ ਇਹਨਾਂ ਕੋਲ ਧਰਨੇ ਲਾਉਣ ਜਾਂਦੇ ਹਾਂ ਜਾਂ ਇਹਨਾਂ ਨੂੰ ਕੋਈ ਮੈਮੋਰੰਡਮ ਦੇਣ ਜਾਂਦੇ ਹਾਂ, ਇਹ ਕੀ ਕਰਦੇ ਨੇ ਇਹ ਸਾਨੂੰ ਉੱਥੋਂ ਧੁੱਪੇ ਬਿਠਾ ਕੇ ਤੋਰਦੇ ਨੇ। ਗੱਲ ਦੂਈ, ਬਾਦਲ ਕੇਰਾ ਕੈਪਟਨ ਬਾਦਲ ਦੇ ਘਰੇ ਗਿਆ ਧਰਨੇ ਲਾਉਣ, ਉਹਨੂੰ ਠੰਡਾ ਪਾਣੀ ਉਹਦੀ ਸੇਵਾ ਕੀਤੀ ਗਈ, ਕਿਉਂ ਜੀ ਅਸੀਂ ਵੋਟਾਂ ਨਹੀਂ ਪਾਈਆਂ ਇਹਨਾਂ ਨੂੰ, ਸਾਨੂੰ ਉੱਥੇ ਧੁੱਪ 'ਚ ਤੱਤੀ ਧੁੱਪ 'ਚ ਬਿਠਾ ਕੇ ਇਹਨਾਂ ਨੇ ਭੇਜਿਆ, ਕੌਣ ਜ਼ਿੰਮੇਵਾਰ ਹੈ, ਇਹ ਚੀਜ਼ ਪੁੱਛਣਾ ਚਾਹੁੰਦੇ ਹਾਂ ਅਸੀਂ। ਇਹ ਕਿਸਾਨ ਹੱਤ कांग्रेस से भाजपा की गंदी राजनीति का मुकाबला करेगा इस बारी हाथी इन्हां गल्लां दा प्रगट कांग्रेस से भाजपा की गंदी राजनीति का मुकाबला करेगा हाथी इन्हां गल्लां दा प्रगटावा बसपा के सीनियर आगू ने किया। उन्हां कहा कि दलितां नूं हनेरे विच धक्कण लई भाजपा ते कांग्रेस जिम्मेवार है। उन्हां कहा कि आने वाली चोणां विच पंजाब पंजाब विच अकाली दल बादल ते बसपा की ही सरकार बनेगी। बहुजन समाज पार्टी अते श्रोमणी अकाली दल दे गठजोड़ नूं कांग्रसी सांसद रवनीत बिट्टू, भारतीय जनता पार्टी के केंद्रीय मंत्री हरदीप पुरी जी ने श्री आनंदपुर साहब श्री चमकौर साहब दीयां सीटां नूं पंथक ते पवित्र दस के पंजाब दे दलित बहुजन समाज नूं गैर पंथक ते अपवित्र दसण दी जिहड़ी नापाक कोशिश कीती आ, बहुजन समाज पार्टी पूरे पंजाब विच उहदा मुकाबला करेगी। जिस दे तहत श्री रवनीत बिट्टू दे उपर बहुजन समाज पार्टी ने शिकायत दर्ज कराई सी, हरदीप पुरी जी उपर शिकायत दर्ज कराई सी। कांग्रेस सरकार ने हले तक 117 शिकायतों का कोई कार्रवाई नहीं की। कांग्रेस सरकार जिथे कांग्रेसी सांसद बिट्टू नूं बचा रही है उत्थे केंद्रीय मंत्री भाजपा के हरदीप पुरी नूं भी बचा रही है। अज बहुजन समाज पार्टी कांग्रेस के खिलाफ मरिंडे तो श्री चमकौर साहब तक विशाल हजारां मोटरसाइकलों के नाल नौजवानों नूं पंजाबदियां नूं दलित समाज नूं बहुजन समाज नूं नाल लैके यात्रा कढ रही है। असी पूरे पंजाबियों के अगे ये सवाल रखना चाहते हैं कि जिस दलित समाज ने नौवीं पातशाही का सीस भाई जैता जी जिहड़े बाद विच बाबा जीवन सिंह जी अज जिहनूं याद करते हैं असी वह सीस लैके आए आनंदपुर साहब तक, वह अपवित्र हो गए गैर पंथक हो गए, जिन्हां नूं गल नाल लाया दशमेश पिता ने रंगरेटे गुरु के बेटे का खिताब पूरे समाज नूं दिता बाबा जीवन सिंह जी दा समाज और पूरा दलित समाज दसण इह कि इह गैर पंथक हो गए। महिला आयोग कमिश्नर पंजाब दी चेयरपर्सन मनीषा गुलाटी गुरदासपुर पहुंची। मनीषा गुलाटी ने पुलिस अधिकारियों के नाल मीटिंग की ते पीड़ित लोगों दी शिकायतां भी सुनिया। मनीषा गुलाटी ने पुलिस अधिकारियों नूं कई तरह के आदेश भी दिते। मनीषा गुलाटी ने कहा कि अज मैं लोगों नूं मिलन आई हाँ ते 3 जिलों के SSPs बैठे हुए हैं ते नाल ही लोगों दी मुश्किलां भी सुनन आई हाँ। कोई मैं पर्टिकुलर शिकायत करके नहीं इत्थे आई, पर सीनियर सिटीजनस तों रिलेटिड कुछ मुद्दे सन जिहड़े बड़े सेंसिटिव ने, उन्हां ते एक जड़ा पिछे माता जी का वीडियो भी वायरल होया सी, अज उत्थे मेरी उन्हां दे नाल विजिट भी है ते डीसी साहब नूं भी एक रिक्वेस्ट की गई है कि कई बार कुछ शिकायतां क्योंकि काम दे प्रेशर करके भी इन्हां तक नहीं अप्रोच हो पाउंदियां या कुछ जड़े साडे सीनियर सिटीजन ने उन्हां नूं कानून बारों पता ही नहीं हैगा, ते SDM साहब की ड्यूटी लगाई गई है अवेयरनेस होएगी इन्दे ते। होर एक बड़ी सोहनी गल डीसी साहब ने दसी कि जड़ा एक लॉ बनिया होया पेरेंट्स की प्रॉपर्टी नूं कैंसल करवा के जड़ी बच्चियां दे नाम कर दित्ती जांदी है वह इन्हां दा है कि इन्दे ते हुण स्पेशल काम किया जाएगा। जड़ी माता जी का भी प्रॉपर्टी वाला केस है इन्हां दे ध्यान च मैटर लिया दिता गया है कि किसी की रिस्पोंसिबिलिटी लगा दी जाएगी कि माता जी की जमीन का जड़ा उन्हां दे नाम वापिस करवा के और ठेके ते दे के ते एडमिनिस्ट्रेशन साडा सानू हैल्प करेगा। बाकी पंजाब दे जड़े आपां अज 4 जिलों के वुमेन सैल दे इंचार्ज भी बुलाए सी, 4 SSP भी इत्थे अवेलेबल ने। ऑलरेडी बहुत अच्छा साढ़े बड़े उम्दा ऑफिसर ने, पहले भी जड़े डिस्ट्रिक्ट रहे ने बड़ा अच्छा, मैं सबनों जानती हाँ बड़ा अच्छा काम करते आए हैं। कुछ इन्हों की सुजैशन सन कुछ साड़िया सुजैशन से, उम्मीद है कि आने वाले टाइम में सारे मिलकर बहुत वधिया काम।
जिथे कि कोरोना महामारी प्रकोप बड़ी तेजी नाल फैल रहा उत्थे उसनों मुख रखदिया होया अच तरन तारण की सेहत विभाग की टीम वालों अचनचेत शहर दियां नामी हलवाई दियां दुकानां दी चैकिंग की गई ते उन्हां दी सैंपलिंग की गई। इस मौके पत्रकारां नूं जानकारी दिंदिया सहायक फूड कमिश्नर रजिंदर पाल सिंह ने दस्या कि लोगों की सेहत नूं मुख रखते हुए अज साडी सेहत विभाग की टीम वालों शहर दियां वक वक दुकानां दी चैकिंग की गई ते चैकिंग दौरान उन्हां दी सैंपलिंग भी की गई। मोटिव सीगा कि जिहड़े लोगों की जिहड़ी सेहत दे नाल किसी तरीके का कोई खिलवाड़ ना किया जा सके ये मद्देनज़र असी शहर दियां मेन मेन हलवाईस की जिहड़ी शॉप सीगियां उत्थे आपां सैंपलिंग की है और वक वक मिठाई के सैंपल्स ले आ और डेयरी के भी सैंपल ले आ डेयरी प्रोडक्ट्स के भी और इन्हां दे जिहड़ी मेन असी देखी है कि गाइडलाइनस कि इन्हां दे जिहड़ा सैनिटाइजेशन हाइजीन और मास्क वगैरह पाए आ कि नहीं पाए। सो देखने से यह आया है कि बहुत ने मास्क नहीं पाए हुए और वैक्सीनेशन आलमोस्ट जिहड़े दुकान के ओनरस आ उन्होंने की हुई है पर वर्कर्स की 50% वैक्सीनेशन हुई हुई है 50% वैक्सीनेशन नहीं हुई। सो असी इन्हां दुकानदारां नूं यह कहा कि तुहाडे जिहड़े 100% जिहड़े दुकानदार है उन्हां दी वैक्सीनेशन यकीनी बनाओ और साफ सफाई का बहुत खास प्रबंध रखो। जिहड़े सौदे ठंडे जिस तरह आप राह पहला बनाते समोसिया नूं भरना जां कुछ भी है ਉਹਨਾਂ ਦੇ ਆਪਣੇ ਜਿਹੜੇ ਜਿਹੜੇ ਇਹਨਾਂ ਦੇ ਕਾਰੀਗਰ ਹੈ ਉਹਨਾਂ ਦੇ ਮਾਸਕ ਪਵਾ ਕੇ ਰੱਖੋ ਹੱਥ। ਮੈਡੀਕਲ ਲੈਬ ਟੈਕਨੀਸ਼ੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 28 ਜੂਨ ਤੋਂ ਲੈ ਕੇ 30 ਜੂਨ ਤੱਕ ਰੋਜ਼ਾਨਾ 2 ਘੰਟੇ ਦੀ ਕਲਮ ਅਤੇ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਚੱਲਦੇ ਅੱਜ 3ਵੇਂ ਦਿਨ ਵੀ ਮੈਡੀਕਲ ਲੈਬ ਟੈਕਨੀਸ਼ੀਅਨਾਂ ਦੇ ਵੱਲੋਂ ਸੂਬਾ ਪ੍ਰਧਾਨ ਰਾਕੇਸ਼ ਵਿਲੀਅਮ ਅਤੇ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਧਾਰੀਵਾਲ ਵਿਖੇ ਹੜਤਾਲ ਕਰਦੇ ਹੋਏ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਸੂਬਾ ਪ੍ਰਧਾਨ ਰਕੇਸ਼ ਵਿਲੀਅਮ ਅੱਜ CSC ਧਾਰੀਵਾਲ ਦੇ ਵਿੱਚ 6ਵੇਂ ਪੇ ਕਮਿਸ਼ਨ ਦੇ ਵਿਰੋਧ ਦੇ ਵਿੱਚ ਅਸੀਂ ਇੱਕ ਸੰਕੇਤਕ ਹੜਤਾਲ ਜਿਹੜੀ ਸੀ 2 ਘੰਟੇ ਦੀ ਰੋਜ਼ਾਨਾ 9 ਵਜੇ ਤੋਂ ਲੈ ਕੇ 11 ਵਜੇ ਦਾ ਅਨਾਊਂਸ ਕੀਤਾ ਸੀ ਤਾਂ ਕਿ ਸਾਡੀ ਆਵਾਜ਼ ਜਿਹੜੀ ਆ ਸਰਕਾਰ ਸੁਣ ਕੇ ਅਤੇ ਸਾਨੂੰ ਉਹ ਕਾਲ ਕਰਨ ਔਰ ਜੋ ਸਾਡੀਆਂ ਹੱਕੀ ਮੰਗਾਂ ਨੇ ਉਹਨਾਂ ਦੇ ਪ੍ਰਤੀ ਸਾਡੇ ਨਾਲ ਬਹਿ ਕੇ ਟੇਬਲ ਟਾਕ ਕਰਨ ਔਰ ਜੋ ਤਰੁੱਟੀਆਂ ਪੇ ਕਮਿਸ਼ਨ ਦੇ ਵਿੱਚ ਪਾਈਆਂ ਗਈਆਂ ਨੇ ਉਹਨਾਂ ਨੂੰ ਉਹ ਸੋਧ ਕਰਕੇ ਅਤੇ ਦੁਬਾਰਾ ਲਾਗੂ ਕਰਨ। ਪਰ ਅੱਜ 30 ਤਰੀਕ ਹੋ ਗਈ ਆ 2 ਘੰਟੇ ਦੀ ਅਸੀਂ ਲਗਾਤਾਰ ਹੜਤਾਲ ਦੇ ਰਹੇ ਹਾਂ ਸਾਨੂੰ ਕਿਸੇ ਵੀ ਆਫੀਸਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਇਦਾਂ ਦਾ ਸੱਦਾ ਨਹੀਂ ਆਇਆ ਔਰ ਧੰਨਵਾਦ ਅਸੀਂ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਭਰ ਦੇ ਸਾਡੇ ਜਿੰਨੇ ਵੀ ਡੈਲੀਗੇਟਸ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬ ਉਹਨਾਂ ਨੇ ਪੂਰਨ ਤੌਰ ਦੇ ਉੱਤੇ ਇਹ ਸਟ੍ਰਾਈਕ ਰੱਖੀ ਆ ਔਰ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ 1-2 ਦਿਨ ਦੇ ਵਿੱਚ ਸਟੇਟ ਲੈਵਲ ਦੀ ਮੀਟਿੰਗ ਕਰਕੇ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਵਾ ਉਹ ਦੇ ਦਿਆਂਗੇ ਜਿਹਦੇ ਵਿੱਚ ਪੂਰਨ ਤੌਰ ਦੇ ਉੱਤੇ ਪੰਜਾਬ ਭਰ ਦੇ ਵਿੱਚ ਲੈਬਾਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ। ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੀਡੀਆ ਦੇ ਕਿ ਜਿਹੜਾ ਨਿਰੋਲ ਤੌਰ ਦੇ ਉੱਤੇ ਲੋਕਾਂ ਦੀ ਆਵਾਜ਼ ਇੱਕ ਗੁੰਗੀ ਅਤੇ ਬਹਿਰੀ ਸਰਕਾਰ ਤੱਕ ਪਹੁੰਚਾ ਰਿਹਾ ਵਾ ਤਾਂ ਜੋ ਉਹ ਜਾਗ ਕੇ ਅਤੇ ਮੁਲਾਜ਼ਮਾਂ ਦੀ ਆਵਾਜ਼ ਨੂੰ ਸੁਣਨ ਔਰ ਇਸ ਪੇ ਕਮਿਸ਼ਨ ਦੇ ਵਿੱਚ ਆਪਣੀ ਸੋਧ ਕਰਕੇ ਇਹਨਾਂ ਦੇ ਬਣਦੇ ਹੱਕ ਦੇਣ। ਸਾਡੀਆਂ ਜ਼ਰੂਰੀ ਕੁਛ ਮੰਗਾਂ ਇਹ ਹਨ ਕਿ ਸਾਡਾ ਪਿਛਲੇ 5 ਸਾਲਾਂ ਦਾ DA ਜਿਹੜਾ ਵਾ ਉਹਨੂੰ ਰਿਲੀਜ਼ ਕੀਤਾ ਜਾਵੇ, ਕੱਚੇ ਮੁਲਾਜ਼ਮ ਜੋ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਨੂੰ ਪੱਕਿਆਂ ਕਰ ਦਿੱਤਾ ਜਾਵੇ। ਪਿੱਛੇ ਇਹਨਾਂ ਨੇ ਅਪੁਆਇੰਟਮੈਂਟਾਂ ਕੀਤੀਆਂ ਨੇ ਉਹਦੇ ਵਿੱਚ 3-3 ਸਾਲ ਦਾ ਪ੍ਰੋਵਿਸ਼ਨ ਪੀਰੀਅਡ ਆ 1,500 ਰੁਪਏ ਦੇ ਉੱਤੇ। ਇਹਨਾਂ ਦੇ ਅੱਗੇ ਬੇਨਤੀ ਆ ਕਿ ਉਹ ਪ੍ਰੋਵਿਸ਼ਨ ਪੀਰੀਅਡ ਜਿਹੜਾ ਵਾ ਉਹ 2 ਸਾਲ ਦਾ ਕਰ ਦਿੱਤਾ ਜਾਵੇ ਔਰ ਐਮਰਜੈਂਸੀ ਹਾਊਸ ਰੈਂਟ ਜਿਹੜਾ ਵਾ ਐਮਰਜੈਂਸੀ ਡਿਊਟੀ ਦੇ ਉੱਤੇ ਬਿਲਕੁਲ ਫ੍ਰੀ ਹੋਣਾ ਚਾਹੀਦਾ ਵਾ। ਮੈਡੀਕਲ ਭੱਤੇ ਜਿਹੜੇ ਆ ਉਹ ਜਿਹੜੇ ਆ ਮੈਕਸੀਮਮ ਜਿਹੜੇ ਆ ਉਹ ਸਾਨੂੰ ਮਿਲਣੇ ਚਾਹੀਦੇ ਆ। ਹਾਊਸ ਰੈਂਟ ਵੀ ਜਿਨ੍ਹਾਂ ਨੂੰ ਦਿੱਤਾ ਜਾ ਰਿਹਾ ਵਾ ਉਹ ਵੱਧ ਤੋਂ ਵੱਧ ਦੇਣਾ ਚਾਹੀਦਾ ਵਾ ਔਰ ਸਾਡੀ ਕੈਟਾਗਰੀ ਜਿਹੜੀ ਆ ਉਹਦਾ ਨਾਮ ਬਦਲ ਕੇ ਨਾਮ ਜਿਹੜਾ ਵਾ ਉਹ ਛੇਤੀ ਤੋਂ ਛੇਤੀ ਸਰਕਾਰ ਚੇਂਜ ਕਰੇ। ਪੰਜਾਬ ਸਰਕਾਰ ਵੱਲੋਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨਗਰ ਸੁਧਾਰ ਟਰੱਸਟ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਸਥਾਨਕ ਸਰਕਾਰਾਂ ਵੱਲੋਂ ਵਿਭਾਗ ਵੱਲੋਂ ਇਸ ਸੰਬੰਧੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ। ਇਸ ਨਾਲ ਪਵਿੱਤਰ ਨਗਰੀ ਦੇ ਯੋਜਨਾਬੱਧ ਵਿਕਾਸ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਵਿੱਚ ਵੱਡੀ ਮਦਦ ਮਿਲੇਗੀ, ਜਿਸ ਨਾਲ ਇਹ ਸ਼ਹਿਰ ਇੱਥੇ ਆਸਥਾ ਲੈ ਕੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਅਸਮਰਥ ਹੋਵੇਗਾ।
मैं परमिंदर सिंह पप्पा चेयरमैन मार्केट कमेटी सुल्तानपुर लुधी अज जो मानयोग MLA साहब के जतना सदका पंजाब सरकार वालों जिहड़ा साहिब श्री गुरु नानक देव जी की चरण छोह प्राप्त धरती सुल्तानपुर लुधी दे जिहड़ा इंप्रूवमेंट ट्रस्ट का पंजाब सरकार वालों गठन किया गया और अज पूरे इलाके के शहर वासियों के मन के जी बहुत ज़्यादा जी खुशी पाई जा रही है। जिस तरह पहला ही साडे मानयोग MLA साहब जिन्हां ने हल्के का इन्ना विकास कराया कि उस विकास की बदौलत अज पूरे हल्के के लोगों के दिलों के जिहड़ा वो राज कर रहे हैं और उस लड़ी के तहत जदों की साड़ी पंजाब सरकार बनी आ उदों के ही साडे मानयोग MLA साहब दे जतन सी उन्हां दी कोशिश सी एक सुपना सी कि सुल्तानपुर लोधी नूं जिहड़ा इंप्रूवमेंट ट्रस्ट का जिहड़ा वो गठन होवे और अज उन्हां दे जिहड़े जतन आ उन्हां दीआं जिहड़ीआं कोशिशां वा उन्हां नूं अज भूर पिया और पंजाब सरकार और मानयोग कैप्टन अमरिंदर सिंह जी साडे मुख्यमंत्री साहब उन्हां वल्लों जिहड़ा सुल्तानपुर लोधी दा विच इंप्रूवमेंट ट्रस्ट का गठन किया गया। असी समुचे इलाके वालों अपने मानयोग MLA साहब मुख्यमंत्री साहब और पंजाब सरकार का तह दिलों धन्यवाद करते हैं जिन्होंने साडे इंप्रूवमेंट ट्रस्ट का गठन किया जिदे नाल जिहड़ा सुल्तानपुर लोधी का जिथे पहला ही इन्ना विकास जिहड़ा होया और इंप्रूवमेंट ट्रस्ट बनने नाल जिथे ये जिहड़ियां होर लंबियां पुलंघा जिहड़ियां विकास दियां वो सुल्तानपुर लोधी शहर जिहड़ा वो पुटेगा। और मैं एक बार फिर मानयोग MLA साहब और CM साहब और पंजाब सरकार का तह दिलों धन्यवाद वा करदा और MLA साहब नूं मुबारकबाद दिंदा जिन्हां दीआं कोशिशां सदका जिहड़ा अज असीं इंप्रूवमेंट ट्रस्ट का गठन कराने दे विच कामयाब होए। अज दरिया ब्यास कंडे ते अचानक देखदिआं उस वेले हफड़ा दफड़ी मच गई जदों श्रोमणी अकाली दल दे प्रधान सुखबीर सिंह बादल समेत अकाली आगुआं ते VIP काफले दे दरिया कंडे चल रही कथित रेत माइनिंग दे मामले नूं देखण अचानक आण पुज्जे ते सुखबीर बादल दे काफले नूं देख रेत वर्मियां ने नेड़े खेड़े कुछ वाहन चालक अते हाजर ठेकेदारां दे करिंदे उत्थों भजदे दिखाई दित्ते जिस तों बाद सुखबीर सिंह बादल वल्लों मामले दी तह फरोलदिआं पुलिस अते सिविल प्रशासन दे आला अधिकारियां सने माइनिंग विभाग नाल संबंधित अफसरां नूं मौके ते बुलाया गया। आ देखो किवें कैमरा घुमा के देखो किवें किवें वर्मे ला के बोट ला के सारा पाइपां राहीं इत्थे सारा ਡਰਾਈਵਰ ਜਿੰਨੇ ਆ ਸਾਰੇ ਭੱਜ ਗਏ ਟਰੱਕਾਂ ਦੇ ਟਰੱਕ ਇੱਥੇ ਖੜੇ ਆ ਪਿੱਛੇ ਪਾਣੀ ਕੱਲੇ ਇੱਕ ਨਹੀਂ ਸਾਰੇ ਅਸੈਂਬਲੀ ਹਲਕੇ ਚ ਘੱਟ ਤੋਂ ਘੱਟ 2000 crore ਰੁਪਿਆ ਸਾਲ ਦਾ ਘੁਟਾਲਾ ਮੁੱਖ ਮੰਤਰੀ ਤੇ ਉਹਦੇ ਮੰਤਰੀ ਕਰ ਰਹੇ 2017 ਮੈਂ ਉਹੀ ਕਹਿ ਰਿਹਾ ਨਾ ਕਿ ਆਹ ਹਾਲਾਤ ਦੇਖੋ ਇੱਥੇ ਤੋਂ ਵਧੀਆ ਤੁਸੀਂ ਦੇਖੋ ਓਪਨਲੀ ਆਹ ਬਿਆਸ ਦਰਿਆ ਆਹ ਦੇਖੋ ਸਾਰਾ ਟੁੱਟੀ ਜਾਂਦਾ ਜ਼ਮੀਨ ਖਤਮ ਹੋ ਰਹੀ ਹੈ ਆਹ ਹਾਲਾਤ ਬਣਾਈ ਮੈਂ ਤੁਹਾਨੂੰ ਦਿਖਾਉਣਾ ਕਿ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਦਿਖਾਓ ਨੀ ਮੀਡੀਆ ਰਹੇ ਕਿੱਥੇ ਅਸੀਂ ਖੜੇ ਹਾਂ ਕਿਵੇਂ ਸਾਨੂੰ ਦੇਖ ਕੇ ਸਾਰੇ ਟਰੱਕ ਵਾਲੇ ਭੱਜੇ ਮਾਨਸਾ ਜ਼ਿਲ੍ਹੇ ਦੇ ਕਸਬਾ ਜੋਗਾ ਨੇੜੇ ਅਲਟੋ ਕਾਰ ਤੇ ਇੱਕ ਨਿੱਜੀ ਬੱਸ ਦੀ ਟੱਕਰ ਵਿੱਚ ਕਾਰ ਸਵਾਰ 6 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 2 ਬੱਚੇ ਜ਼ਖਮੀ ਹੋ ਗਏ ਮ੍ਰਿਤਕਾਂ ਵਿੱਚ ਡਰਾਈਵਰ ਤੋਂ ਇਲਾਵਾ 3 ਔਰਤਾਂ ਤੇ ਇੱਕ ਬੱਚੀ ਤੇ ਇੱਕ ਬੱਚਾ ਵੀ ਸ਼ਾਮਿਲ ਹੈ ਹਾਸਲ ਕੀਤੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਹਰੀਕੇ ਸਰਦੂਲਗੜ੍ਹ ਵਿਖੇ ਬਾਬਾ ਨਰਾਇਣ ਦਾਸ ਦੀ ਸਮਾਧ ਤੇ ਸਾਲਾਨਾ ਰਾਤਰੀ ਮੇਲਾ ਭਰਦਾ ਹੈ ਜਿੱਥੇ ਪੰਜਾਬ ਤੋਂ ਇਲਾਵਾ ਗੁਆਂਢੀ ਰਾਜ ਹਰਿਆਣਾ ਤੇ ਰਾਜਸਥਾਨ 'ਚੋਂ ਵੀ ਲੋਕ ਸ਼ਰਧਾ ਵਜੋਂ ਸ਼ਿਰਕਤ ਕਰਦੇ ਹਨ ਹਾਦਸੇ ਦਾ ਸ਼ਿਕਾਰ ਹੋਏ ਉਪਰੋਕਤ ਵਿਅਕਤੀ ਜੋ ਝਬਾਲ ਰੋਡ ਨਰਾਇਣਪੁਰ ਦੇ ਇੱਬਣ ਖੁਰਦ ਅੰਮ੍ਰਿਤਸਰ ਦੇ ਵਾਸੀ ਸਨ ਕਿਰਾਏ ਤੇ ਕਾਰ ਲੈ ਕੇ ਸਮਾਧ ਤੇ ਪੁੱਜੇ ਸਨ ਮਾਮਲਾ ਵੀ ਜੀ ਕੋਈ ਅਲਟੋ ਕਾਰ ਆ ਰਹੀ ਸੀ ਇਧਰੋਂ ਮਾਨਸਾ ਸਾਈਡ ਤੋਂ ਕੋਈ ਅੰਮ੍ਰਿਤਸਰ ਇਲਾਕੇ ਦੇ ਇੱਬਣ ਖੁਰਦ ਪਿੰਡ ਦੇ ਬੰਦੇ ਦੱਸ ਰਹੇ ਨੇਗੇ ਜਿੱਥੋਂ ਜਾਣਕਾਰੀ ਮਿਲੀ ਹੈਗੀ ਪੰਜਾਬ ਬੱਸ ਨਾਲ ਐਕਸੀਡੈਂਟ ਹੋਇਆ ਗਾ ਜੀ ਉਹਨਾਂ ਦਾ ਅਤੇ ਕਾਰ ਦੇ ਵਿੱਚ ਟੋਟਲ 8 ਜਣੇ ਸੀਗੇ 4 ਬੱਚੇ ਸੀਗੇ ਜੀ ਅਤੇ ਇੱਕ ਜੈਂਟਸ ਸੀਗਾ 3 ਲੇਡੀਜ਼ ਸੀ 3 ਲੇਡੀਜ਼ ਅਤੇ ਇੱਕ ਬੱਚਾ ਜੈਂਟਸ ਦੀ ਮੌਕੇ 'ਤੇ ਮੌਤ ਹੋ ਗਈ ਜੋ ਡਰਾਈਵ ਕਰ ਰਿਹਾ ਸੀ ਅਤੇ ਦੋਨੋਂ ਬੱਚੇ ਐਕਸਪਾਇਰ ਹੋ ਗਏ ਜੀ 2 ਅਤੇ 2 ਬੱਚੇ ਰੈਫਰ ਕਰਤੇ ਜੀ ਮਾਨਸਾ ਦੇਖੋ ਇਹ ਜੋ ਪੰਜਾਬ ਕੋਈ ਟਰਾਂਸਪੋਰਟ ਹੈਗੀ ਆ ਇਹਨਾਂ ਦੀ ਬੱਸ ਆ ਲਗਭਗ 3:25 'ਤੇ
यह बरनला साइड तो मानसा आ रही थी तो एक अल्टो कार आ जी सिल्वर रंग की जिदा पी वी 35Q1617 नंबर है ये लेडीज़ चार लेडीज़ सवार से तीन बच्चे से एक जेडे जेंट्स चला रहे थे जी कार सी तेज़ रफ्तार से थोड़ी जी ये इतने आके तो इन्हों आपस में टक्कर हो गई और मौके पर चार जोड़े से दो औरतां एक जेंट्स और एक बच्चे की मौके पर मौत हो गई बाकियों को असी होस्पिटल भेजता उन्होंने हजे उत्तर रिपोर्ट लेनी बाकी है। सर साढ़े को अद्धा पौना घंटा पहला दो एंबूलेंस सन चार डेड बॉडी लेके आई ने तीन अडल्ट फीमेल उन्होंने एक मेल आ एक लड़का छोटा बच्चा एक लड़की है छोटी बच्ची है ना तो एक 10 साल की लड़की आ वो कॉन्शियस हैगी आ ते 1.5 साल का बच्चा अनकॉन्शियस हैगा उन्होंने असं रैफर कर रहे हैं। निर्विघन 8 घंटे बिजली सप्लाई ना मिलने कारण गुस्सा है किसानों वालों अच्छ बिजली बोर्ड दफ्तर सरहद अगे धरना लगा दिता गया तो कैप्टन सरकार खिलाफ चमके नारेबाजी भी की गई। किसानों ने सरकार तो मांग की कि 8 घंटे किसानों बिजली की सप्लाई निर्विघन दी जाए क्योंकि जीरी के सीजन में किसानों बिजली ना मिलने कारण भारी परेशानी का सामना करना पै रहा है। ਵੱਡਾ ਜੀ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਹੈ ਜਿਹੜੀ ਉਹ ਨਹੀਂ ਮਿਲ ਰਹੀ ਉਹ ਨਿਰਵਿਘਨ ਸਪਲਾਈ ਨੂੰ ਬਹਾਲ ਕਰਾਉਣ ਵਾਸਤੇ ਅਤੇ ਗੌਰਮੈਂਟ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣ ਵਾਸਤੇ ਵੀ ਜਿਹੜੇ ਵਾਅਦੇ ਪੂਰੇ ਕੀਤੇ ਨੇ ਇਹੀ ਦਿਨ ਨੇ ਇੱਕ ਮਹੀਨਾ ਜਿਹੜਾ ਕਿਸਾਨਾਂ ਨੂੰ ਸਪਲਾਈ 8 ਘੰਟੇ ਪੂਰੀ ਚਾਹੀਦੀ ਹੈ ਇਹ ਹੋਰ ਬਿਜਲੀ ਦੇ ਜਿਵੇਂ ਇੰਡਸਟਰੀ ਨੂੰ ਹੈ ਜਾਂ ਦੂਜੇ ਨੂੰ ਹੈ ਉਹਨੂੰ ਕੱਟ ਲਾ ਕੇ ਕਮ ਸੇ ਕਮ 8 ਘੰਟੇ ਬਿਜਲੀ ਦੀ ਸਪਲਾਈ ਪੂਰੀ ਕਰਨੀ ਚਾਹੀਦੀ ਹੈ ਪਰ ਇਹ ਤਾਂ ਪ੍ਰਬੰਧ ਇਹਨਾਂ ਦਾ ਵੈਸੇ ਪਹਿਲਾਂ ਕਰਨਾ ਬਣਦਾ ਸੀ ਜਿੰਨੀ ਬਿਜਲੀ ਦੀ ਸ਼ੋਰਟੇਜ ਹੈ ਇਸ ਵੇਲੇ ਉਹ ਸ਼ੋਰਟੇਜ ਨਹੀਂ ਹੋਣੀ ਚਾਹੀਦੀ ਸੀ ਸੋ ਉਹਦੇ ਖਿਲਾਫ ਹੈ ਜਿਹੜਾ ਅੱਜ ਰੋਸ ਪ੍ਰਦਰਸ਼ਨ ਅਸੀਂ ਐਕਸ਼ਨ ਸਾਹਿਬ ਦੇ ਦਫ਼ਤਰ ਜਿੱਥੇ ਅਸੀਂ ਚਾਹੁੰਦੇ ਹਾਂ ਵੱਡਾ ਮੰਗ ਪੱਤਰ ਲੈ ਕੇ ਆ ਰਹੇ ਹਾਂ। ਜ਼ਿਲ੍ਹਾ ਪੁਲਿਸ ਨੇ 2 ਭਗੋੜੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ SSP ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਬੱਸੀ ਪਠਾਣਾ ਦੇ PO ਗੁਰਦੇਵ ਸਿੰਘ ਵਾਸੀ ਬੱਸੀ ਪਠਾਣਾ ਦੀ ਗ੍ਰਿਫਤਾਰੀ ਲਗਾਤਾਰ ਰੇਡਾਂ ਕੀਤੀਆਂ ਗਈਆਂ ਅਤੇ ਗੁਰਦੇਵ ਸਿੰਘ ਨੇ ਮਾਣਯੋਗ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਜਿਸ ਨੂੰ ਗ੍ਰਿਫਤਾਰ ਕਰਕੇ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਅਧੀਨ ਬੰਦ ਬੋਸਟਲ ਜੇਲ੍ਹ ਲੁਧਿਆਣਾ ਕਰਵਾਇਆ ਗਿਆ। ਜਿਹੜੀ ਜ਼ਿਲ੍ਹਾ ਫਤਿਹਗੜ੍ਹ ਪੁਲਿਸ ਦੀ ਡਰੱਗਸ ਔਰ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ਼ ਕੰਟੀਨਿਊਸ ਡਰਾਈਵ ਚੱਲਦੀ ਹੈ ਉਸ ਦੇ ਤਹਿਤ ਜਿਹੜੀ ਬੱਸੀ ਪਠਾਣਾ ਸਬ ਡਿਵੀਜ਼ਨ ਹੈ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਇਸ ਕਰਕੇ ਅੱਜ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਉਸ ਦੇ ਬਾਰੇ ਹੈਗੀ ਫਤਿਹ ਬੱਸੀ ਪਠਾਣਾ ਪੁਲਿਸ ਸਟੇਸ਼ਨ ਦੇ SHO ਮਨਪ੍ਰੀਤ ਸਿੰਘ ਅਤੇ ਇਹਨਾਂ ਦੇ ਐਡੀਸ਼ਨਲ SHO ਪਵਨ ਕੁਮਾਰ ਗਾਈਡਡ ਬਾਏ SPD ਜਗਜੀਤ ਜੱਲਾ ਔਰ DSP ਬੱਸੀ ਪਠਾਣਾ ਸੁਖਮਿੰਦਰ ਚੌਹਾਨ ਇਹਨਾਂ ਨੇ 3 NDPS ਦੇ POs ਅਰੈਸਟ ਕੀਤੇ ਉਹਨਾਂ 'ਚੋਂ 2 ਜਿਹੜੇ POs ਹੈ ਇੱਕ ਦਾ ਨਾਂ ਗਜਿੰਦਰ ਸਿੰਘ ਹੈ ਔਰ ਇੱਕ ਵਰਿੰਦਰ ਕੁਮਾਰ ਇਹ ਦੋਨੋਂ ਮੁਰੈਨਾ ਜ਼ਿਲ੍ਹਾ ਮੱਧ ਪ੍ਰਦੇਸ਼ ਸਟੇਟ ਨੂੰ ਬਿਲੋਂਗ ਕਰਦੇ ਇਹਨਾਂ 'ਤੇ 2012 'ਚ ਇੱਕ NDPS ਦਾ FIR ਹੋਇਆ ਸੀ ਜਿਹਦੇ 'ਚ 2014 'ਚ PO ਡਿਕਲੇਅਰ ਹੋ ਗਏ ਸੀ ਸੋ 7 ਸਾਲਾਂ ਤੋਂ ਬਾਅਦ ਹੁਣ ਫਾਈਨਲੀ ਇਹਨਾਂ ਨੂੰ ਸਾਡੀ ਪੁਲਿਸ ਨੇ ਆਲ ਦ ਵੇ ਮੱਧ ਪ੍ਰਦੇਸ਼ ਜਾ ਕੇ ਪਵਨ ਕੁਮਾਰ ਉਹਨਾਂ ਦੀ ਟੀਮ ਨੇ ਅਰੈਸਟ ਕੀਤਾ ਹੈ ਅਤੇ ਹੁਣ ਅਸੀਂ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਆਏ ਹੈ ਅਤੇ ਡਿਊ ਪ੍ਰੋਸੈਸ ਉਸ ਤੋਂ ਬਾਅਦ ਫੋਲੋ ਕੀਤਾ ਜਾਵੇਗਾ ਇਸ ਤੋਂ ਇਲਾਵਾ ਇੱਥੇ ਇੱਕ ਹੋਰ PO ਜਿਹੜਾ 12 February 2020 'ਚ NDPS ਦੇ ਮੁਕੱਦਮੇ 'ਚ ਅਰੈਸਟ ਹੋਇਆ ਸੀ ਉਸਦਾ ਨਾਂ ਹੈ ਗੁਰਦੇਵ ਸਿੰਘ ਉਰਫ ਦੇਵ ਇਹ ਤੁਫੇੜਾ ਦਾ ਰਹਿਣ ਵਾਲਾ ਹੈ ਇਸ ਫੈਮਿਲੀ 'ਤੇ ਵੀ ਕੰਟੀਨਿਊਸਲੀ ਇਹਦੇ ਰੈਜੀਡੈਂਸ 'ਤੇ ਰੇਡ ਕਰ ਕਰਕੇ ਇਹਦੇ 'ਤੇ ਪ੍ਰੈਸ਼ਰ ਪਾਇਆ ਗਿਆ ਸੋ ਦੈਟ ਇਹ ਪੁਲਿਸ ਨੂੰ ਫਾਈਨਲੀ ਆਪ ਹੀ ਸਰੈਂਡਰ ਕਰ ਗਿਆ ਸੋ NDPS ਦੇ POs ਫੜਨਾ ਇੱਕ ਬਹੁਤ ਇੰਪੋਰਟੈਂਟ ਔਰ ਮੁਸ਼ਕਿਲ ਕੰਮ ਹੁੰਦਾ ਹੈ ਬਟ ਇਹਨਾਂ ਦੀ ਜਿਹੜੀ ਟੀਮ ਹੈ ਬੱਸੀ ਪਠਾਣਾ ਦੀ ਉਹਨਾਂ ਨੇ ਆਪਣੇ ਕੰਟੀਨਿਊਸ ਐਫਰਟਸ ਔਰ ਹਾਰਡਵਰਕ ਦੇ ਨਾਲ ਇੱਕ ਮਹੀਨੇ ਦੇ ਅੰਦਰ ਹੀ ਇੱਕ ਦਿਨ ਦੇ ਅੰਦਰ 3 NDPS ਦੇ POs ਫੜੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਕੁਝ ਸਮਾਂ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਾਗਪੁਰਾ ਦੀ ਇੱਕ ਬਜ਼ੁਰਗ ਮਾਤਾ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਸਨੇ ਦੋਸ਼ ਲਗਾਇਆ ਸੀ ਕਿ ਉਸਦੇ ਪੁੱਤਰਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ ਤੇ ਖਰਚਾ ਨਹੀਂ ਦਿੰਦੇ ਸਨ। ਮਾਮਲਾ ਸੋਸ਼ਲ ਮੀਡੀਆ ਵੱਲੋਂ ਚੁੱਕਣ ਉਪਰੰਤ ਮਾਤਾ ਨੂੰ ਉਸਦੇ ਪੁੱਤਰਾਂ ਨੇ 2500 ਰੁਪਏ ਖਰਚਾ ਬੰਨ ਦਿੱਤਾ ਤੇ ਘਰ ਲੈ ਗਏ ਸਨ ਤੇ ਹੁਣ ਕੁਝ ਦਿਨ ਪਹਿਲਾਂ ਇਸੇ ਹੀ ਪਿੰਡ ਨਾਥਪੁਰਾ ਦੀ ਇੱਕ ਹੋਰ ਬਜ਼ੁਰਗ ਮਾਤਾ ਨੇ ਆਪਣੀ ਵੀਡੀਓ ਵਾਇਰਲ ਕਰ ਦਿੱਤੀ ਹੈ ਜਿਸ ਵਿੱਚ ਉਸਨੇ ਦੋਸ਼ ਲਗਾਇਆ ਕਿ ਉਸਦੇ ਪੁੱਤਰ ਨੇ ਉਸਨੂੰ ਘਰੋਂ ਕੱਢ ਦਿੱਤਾ ਹੈ ਤੇ ਉਸਦੀ ਨੂੰਹ ਨਾਲ ਮਾਰ ਕੁਟਾਈ ਵੀ ਕਰਦੀ ਹੈ ਜਦਕਿ ਉਹ ਹੁਣ ਇੱਕ ਗੁਰਦੁਆਰੇ ਵਿੱਚ ਰਹਿ ਰਹੀ ਹੈ ਪਰ ਇਸ ਵੀਡੀਓ ਦਾ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ। ਘੱਟ ਪੈਲੀ ਹੋਵੇ ਤਾਂ ਮੈਂ ਜ਼ਿੰਮੇਵਾਰ ਖੁਦ ਹਾਂ ਮੈਂ ਆਪਾਂ ਲੱਗਾ ਲਗਾ ਝੋਨਾ ਛੱਡਣ ਨੂੰ ਤਿਆਰ ਹਾਂ ਉਹਦਾ ਕਮਰਾ ਪਿਆ ਵੱਖਰਾ ਤਾਲੇ ਵੱਜੇ ਆ ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਗਾ ਇੱਥੇ ਆਵੇ ਜਾ ਨਾ ਆਵੇ ਮੈਂ ਆਪਣਾ ਵੱਖਰਾ ਰੋਟੀ ਪਾਣੀ ਪਕਾਉਣ ਡਿਆਂ ਉਹ ਆਪਣੀ ਭੈਣ ਦੇ ਕੋਲ ਰਹਿੰਦੀ ਆ ਬਾਬੇ ਬਕਾਲੇ ਲਾਗੇ ਪਿੰਡ ਉਮਰਾ ਨੰਗਲ ਆ
ਇਹ ਬਿਲਕੁਲ ਝੂਠੀ ਗੱਲ ਵਾ ਵੀ ਕਹਿੰਦੀ ਮੈਂ ਬਾਬੇ ਬਕਾਲੇ ਗੁਰਦੁਆਰੇ ਸੇਵਾ ਕਰਦੀ ਹਾਂ ਅਤੇ ਮੈਂ ਰੋਟੀ ਖਾਂਦੀ ਹਾਂ। ਇਹ ਭੈਣ ਦੇ ਕੋਲ ਪਹੁੰਚੀ ਹੋਈ ਆ, ਭੈਣ ਦੀ ਪਲੈਨਿੰਗ ਇਸ ਗੱਲ ਦੀ ਆ ਵੀ ਪਿੰਡ ਦੇ ਨਾਥਪੁਰ ਤੋਂ ਪੈਲੀ ਜ਼ਮੀਨ ਵੇਚ ਕੇ ਅਤੇ ਮੇਰੇ ਘਰ ਆ ਜਾਏ, ਮੇਰੇ ਪੋਤੇ ਪੋਤੀਆਂ ਖਿਡਾਵੇ ਅਤੇ ਮੇਰੇ ਭਾਂਡੇ ਮਾਂਜੇ ਅਤੇ ਨਾਏ ਅਤੇ ਮੈਂ ਰੁਪਈਏ ਖਾਵਾਂ। ਹਮੇਸ਼ਾ ਹੀ ਮੈਨੂੰ, ਮੈਂ ਇੱਕ ਬੇਟਾ ਵਾਂ, ਤਿੰਨ ਮੇਰੀਆਂ ਭੈਣਾਂ, ਭੈਣਾਂ ਮੇਰੇ ਨਾਲ ਵਰਤਦੀਆਂ ਮਿਲਦੀਆਂ ਵਾਂ, ਮੈਂ ਉਹਨਾਂ ਕੋਲ ਜਾਂਦਾ ਹੁੰਦਾ। ਭੈਣਾਂ ਨੇ ਹਿੱਸਾ ਲਿਆ ਸੀ ਵਿੱਚੋਂ? ਹਿੱਸਾ ਜੀ ਸਾਡੇ 2.5 ਕਿੱਲੇ ਪੈਲੀ ਆ, 5 ਸਾਈ ਦੇ ਹਿੱਸੇ ਹੋ ਚੁੱਕੇ ਆ। ਮਾਤਾ ਦਾ ਹਿੱਸਾ ਛੱਡਿਆ ਗਿਆ ਵਾ, ਕਣਕ ਮੈਂ ਵੱਢੀ ਆ, ਝੋਨੇ ਇਹਨਾਂ ਨੇ ਵੱਢੇ, ਪਹਿਲੋਂ ਵੱਢਦੇ ਮੈਂ ਪਹਿਲੀ ਕਣਕ ਵੱਢੀ ਆ। ਹੁਣ ਮਾਤਾ ਇਹ ਮੈਨੂੰ ਗੱਲ ਕਹਿੰਦੀ ਆ ਵੀ ਮੈਨੂੰ ਠੇਕਾ ਦੇ ਪੈਲੀ ਦਾ, ਮੈਨੂੰ ਉਹ ਕਰਦੇ ਜੇ ਕਰਦੇ, ਮੈਂ ਦਿਹਾੜੀਦਾਰ ਬੰਦਾ ਵਾਂ, ਮੇਰੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਜੇ, ਗਰੀਬ ਪਰਿਵਾਰ ਦਾ ਮੈਂ ਰਹਿ ਰਿਹਾ ਵਾਂ, ਗਰੀਬੀ ਦਾ ਵਿੱਚੋਂ ਮੈਂ ਗੁਜ਼ਰ ਰਿਹਾ, ਕਾਦੀਆਂ ਦੇ ਵਿੱਚ ਮੈਂ ਦਿਹਾੜੀ ਦੱਪਾ ਕਰਕੇ ਆਪਣਾ ਪਰਿਵਾਰ ਪਾਲ ਰਿਹਾ, 10 ਸਾਲ ਬਾਅਦ ਮੇਰਾ ਪਰਿਵਾਰ ਘਰ ਦੇ ਵਿੱਚ ਆਣ ਕੇ ਵਸਿਆ। ਸਿਰਫ ਇਹਨਾਂ ਦੀ ਵਜ੍ਹਾ ਕਾਰਨ ਇਹਦੇ ਕੁਝ ਰਿਸ਼ਤੇਦਾਰ ਵਾ ਜਿਹੜੇ ਇਹਨਾਂ ਚੁੱਕਣਾ ਦੇ ਰਹੇ ਆ ਵੀ ਉਹ ਪਰਿਵਾਰ ਤੇਰਾ ਇਹਦਾ ਘਰ ਨਾ ਆਵੇ, ਅਤੇ ਇਸ ਬੰਦੇ ਨੂੰ ਆਪਾਂ ਜੇਲ੍ਹ 'ਚ ਫਸਾ ਕੇ ਅਤੇ ਪੈਲੀ 'ਤੇ ਕਬਜ਼ਾ ਕਰ ਲਈਏ। ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 182ਵੀਂ ਬਰਸੀ, ਅੱਜ ਉਹਨਾਂ ਦੇ ਸ਼ਾਹੀ ਮਹਿਲ 12 ਦਰੀ ਦੀਨਾਨਗਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਗਏ। ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਭਰੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਤਖ਼ਤ 'ਤੇ ਰੱਖੀ ਉਹਨਾਂ ਦੀ ਤਸਵੀਰ ਉੱਪਰ ਫੁੱਲ ਮਾਲਾਵਾਂ ਵੀ ਭੇਂਟ ਕੀਤੀਆਂ ਅਤੇ ਇਸ ਮੌਕੇ ਢਾਡੀ ਜਥਿਆਂ ਵੱਲੋਂ ਢਾਡੀ ਵਾਰਾਂ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਵੱਖ-ਵੱਖ ਪ੍ਰਸੰਗ ਪੇਸ਼ ਕੀਤੇ ਗਏ। ਅੱਜ ਸਦੀਆਂ ਬਾਅਦ ਇਸ ਸ਼ਾਹੀ ਮਹਿਲ ਵਿੱਚ ਸ਼ੇਰੇ ਪੰਜਾਬ ਦੀ ਬਹਾਦਰੀ ਦੀਆਂ ਵਾਰਾਂ ਗੂੰਜੀਆਂ ਅਤੇ ਉੱਥੇ ਖੰਡਰ ਦਾ ਰੂਪ ਧਾਰਨਾ ਕਰ ਚੁੱਕੇ ਇਸ ਮਹਿਲ ਦੀ ਸਾਂਭ ਸੰਭਾਲ ਦੀ ਵੀ ਮੰਗ ਕੀਤੀ ਗਈ। ਅਸੀਂ ਨੇ ਵਿਸ਼ਵ ਦੇ ਵਿੱਚ ਜਿੱਥੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਚਾਹੁਣ ਵਾਲੇ ਨੇ, ਜਿਨ੍ਹਾਂ ਨੇ ਖਾਲਸਾ ਰਾਜ ਦੀ ਇਤਿਹਾਸ ਨੂੰ ਪੜ੍ਹਿਆ ਹੋਇਆ, ਉਹ ਸਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਆ। ਇੱਥੋਂ ਤੱਕ ਕਿ ਉਹ ਲੋਕ ਜਿਹੜੇ ਹਮੇਸ਼ਾ ਹੀ ਸਮਾਜ ਦੇ ਵਿੱਚ ਸੁਧਾਰ ਚਾਹੁੰਦੇ ਆ ਔਰ ਇੱਕ ਅਜਿਹੀ ਸਰਕਾਰ ਚਾਹੁੰਦੇ ਨੇ ਜਿਹੜੀ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ, ਸਾਰਿਆਂ ਦੀ ਹੋਵੇ, ਜਿੱਥੇ ਸਾਰਿਆਂ ਦੇ ਹੱਕ ਹਕੂਕ ਬਰਾਬਰ ਹੋਣ, ਉਹ ਸਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰ ਰਹੇ ਆ। ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਪਰ ਦੀਨਾਨਗਰ, ਇਤਿਹਾਸਿਕ ਸ਼ਹਿਰ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ, ਬਹੁਤ ਸਾਰੀਆਂ ਇਤਿਹਾਸਿਕ ਇਮਾਰਤਾਂ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਤਾਮੀਰ ਕਰਵਾਈਆਂ। ਉਹਨਾਂ ਇਤਿਹਾਸਿਕ ਇਮਾਰਤਾਂ ਦੇ ਵਿੱਚੋਂ ਇੱਕ 12 ਦਰੀ, ਜਿੱਥੇ ਅਕਸਰ ਮਹਾਰਾਜਾ ਰਣਜੀਤ ਸਿੰਘ ਆਪਣਾ ਦਰਬਾਰ ਸਜਾਇਆ ਕਰਦੇ ਸਨ, ਉੱਥੇ ਆਏ ਹੋਏ ਹਾਂ ਅਤੇ ਉੱਥੇ ਉਹਨਾਂ ਦੀ ਬਰਸੀ ਦੇ ਉੱਪਰ ਢਾਡੀ ਜੱਥਾ ਵੀ ਆਇਆ ਹੋਇਆ ਔਰ ਸਰਦਾਰ ਇੰਦਰਜੀਤ ਸਿੰਘ ਜੀ ਹਰਪੁਰਾ ਹੋਰੀ ਉਹ ਸਾਰਿਆਂ ਵੱਲੋਂ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਜਾਂਦੇ ਜਾਂਦੇ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ। ਮਾਨਸਾ ਨੇੜੇ ਕਾਰ ਦੀ ਬੱਸ ਨਾਲ ਹੋਈ ਟੱਕਰ, 2 ਬੱਚਿਆਂ ਸਮੇਤ 6 ਮੌਤਾਂ। ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ, ਰੋਸ ਵਿੱਚ ਸੜਕਾਂ ਕੀਤੀਆਂ ਜਾਮ। ਬਜ਼ੁਰਗ ਮਾਤਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਲਿਆ ਵੱਡਾ ਫੈਸਲਾ, ਬਜ਼ੁਰਗ ਦੀ ਜ਼ਮੀਨ ਮਿਲੇਗੀ ਉਸਨੂੰ ਵਾਪਸ। ਉਦਘਾਟਨ ਕਰਨ ਗਏ ਸਾਧੂ ਸਿੰਘ ਧਰਮਸੋਤ ਨੂੰ ਘੇਰਿਆ ਪਿੰਡਾਂ ਵਾਲਿਆਂ ਨੇ। ਤਰਨ ਤਾਰਨ ਦੇ ਇੱਕ ਨੌਜਵਾਨ ਦੀ ਨਾਈਜੀਰੀਆ ਵਿੱਚ ਹੋਈ ਮੌਤ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ। ਅਤੇ ਸੁਖਬੀਰ ਬਾਦਲ ਨੇ ਕੀਤਾ ਅਚਨਚੇਤ ਨਜਾਇਜ਼ ਮਾਈਨਿੰਗ ਦਾ ਦੌਰਾ। ਦੋਸਤੋ, ਇਸ ਅਨਾਜ਼ੀਆਂ ਖਾਸ ਖਬਰਾਂ, ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਗਾਉਂਦਾ ਪੰਜਾਬ ਦੀ ਸਮੁੱਚੀ ਟੀਮ ਨੂੰ ਦਿਓ ਇਜਾਜ਼ਤ, ਰੱਬ ਰੱਖਾ।